ਦੇਖੋ, ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਤਿਕਾਰਿਆ ਗਿਆ। ਪਹਿਲਾ ਪਾਣੀ ਜੀਉ ਹੈ, ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ 'ਚ ਪਾਣੀ ਹੈ, ਪਾਣੀ ਜ਼ਿੰਦਗੀ ਦਾ ਆਧਾਰ ਹੈ। ਅਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦਿਆਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤਾਂ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਧਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ 'ਤੇ ਤਾਂ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ ਨੇ। ਪਾਣੀ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰਾਂ ਦੀ ਹੈ, ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਪਬਲਿਕ ਨਿਭਾ ਰਹੀ ਹੈ ਜਾਂ ਨਿਭਾਉਣ ਦਾ ਯਤਨ ਕਰ ਰਹੀ ਹੈ ਔਰ ਤਸ਼ੱਦਦ ਵੀ ਸਹਿ ਰਹੀ ਹੈ। ਇਸ ਕਰਕੇ ਸਰਕਾਰਾਂ ਆਪਣਾ ਫਰਜ਼ ਪਛਾਣਨ। ਸਤਲੁਜ ਦਾ ਪਾਣੀ ਕੇਵਲ ਪੰਜਾਬ ਹੀ ਨਹੀਂ, ਹੁਣ ਤਾਂ ਹਰਿਆਣਾ ਵੀ ਪੀਂਦਾ, ਰਾਜਸਥਾਨ ਵੀ ਪੀਂਦਾ। ਅਤੇ ਜਿਸ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਵਰਗੀਆਂ ਮਹਾਂਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ, ਲੋਕ ਮਰ ਰਹੇ ਨੇ, ਲੱਖਾਂ ਰੁਪਇਆਂ ਦਾ ਖਰਚ ਹੋ ਰਿਹਾ ਉਹਨਾਂ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮੰਦਹਾਲੀ ਦੀ ਜ਼ਿੰਦਗੀ 'ਚ ਹੋ ਰਹੇ ਆ, ਅਤੇ ਉਹਨਾਂ ਨੂੰ ਇਸ ਕਸ਼ਟ 'ਚੋਂ ਕੱਢਣਾ, ਉਸ ਪੀੜਾ 'ਚੋਂ ਕੱਢਣਾ ਸਰਕਾਰਾਂ ਦਾ ਫਰਜ਼ ਬਣਦਾ। ਸਰਕਾਰਾਂ ਆਪਣਾ ਫਰਜ਼ ਪਛਾਣਨ ਅਤੇ ਦਰਿਆ ਜਿਹੜੇ ਹੈ ਸਾਫ਼ ਰੱਖਣ ਲਈ ਚਾਰਾ ਚੁਈ ਜਿਹੜੀ ਹੈ ਉਹ ਜ਼ਰੂਰ ਕਰਨ।